ਛੱਡ ਕੇ ਗਿਆ ਤੂੰ ਬੰਦਾ ਬਾਹਰ। ਇਹ ਬੰਦਾ ਤੁਹਾਡੇ ਮੂੰਹ ਤੇ ਕੰਮ ਕਰਦਾ ਸੀਗਾ, ਤੁਸੀਂ ਹਸਪਤਾਲ ਕਿਉਂ ਨਹੀਂ ਭੇਜਿਆ? ਮਹੀਨਾ ਹੋ ਗਿਆ ਬਿਮਾਰ ਹੋਏ। ਬਾਜੀ ਤੁਹਾਡੀ ਰਿਸਪਾਂਸਿਬਿਲਟੀ ਬਣਦੀ ਸੀ, ਤੁਹਾਡੇ ਬੰਦਾ ਕੰਮ ਕਰਦਾ, ਤੁਹਾਡੇ ਰਿਸਪਾਂਸਿਬਿਲਟੀ ਬਣਦੀ ਸੀ। देखो जो अज शाम फलौर के नजदीक नूर महल रोड से स्थित मोहल्ला रविदासपुरा विखे एक प्रवासी मजदूर फोन से जो गल कर रहा सी, अचानक उसके मुंह चो खून आने लग्या। जो तक कोई उसनु सांभदा उस तो पहला ही पुंजे टिक के उसकी मौत हो गई, जिस नाल पूरे इलाके विच दहशत फैल गई। मृतक की पहचान पुटाए यादव प्रवासी बिहार जिसकी उम्र 45 साल वजों हुई है। इसकी सूचना मिलद्या ही थाना मुखी मुख्तार सिंह तुरंत डॉक्टरों की टीम नाल मौके ते पुज्जे ते हर एंगल तो इसकी जांच की जा रही है। खेलने वाले सोखे का मकान है, जो प्रवासी मजदूर से उसके घर काम करता था केला पिंड के विच। जदों उसकी हालत ज़्यादा बिगड़ गई तो अज तो 5-4 दिन पहला ये बंदे ने रात के अंधेरे के लिया के उस प्रवासी मजदूर में इतने पाता और अज उसकी मौत हो गई, जबकि उन्होंने हस्पताल दाखिल करवाना चाहिए था। और मैं प्रशासन तो मांग करना कि इस मालिक मकान से कार्रवाई होनी चाहिए है। अगर जे करोना का बहुत ज़्यादा प्रभाव आ, अगर ये करोना पीड़ित निकलिया तो सारा पिंड जो बहुत ज़्यादा नुकसान के चले जाऊगा। दस के गए नहीं पता यार, कहाँ पर रहता था यहाँ से पहले? एक दिन खादर गए थे काम करने के लिए, मेरे को पता नहीं है कौन सा गाँव है, उसी खू पर था पोसू पर काम कर रहा है। ठीक है, हाँ इन्होंने किसी दिहाड़ी से गए थे जेडे आ खड़े आ सरदार जी साढ़े, मेरा एक दिन काम किए वो भी दिहाड़ी मेरे को नहीं मिला। अच्छा, आपको पैसा नहीं मिला एक दिन का? हाँ एक दिन किए थे। ओके, ये बंदा जी एक महीने का अलग तो साथ लेके आया है जी, है ना, लेकिन इलाज कराने के लिए उसके घर वाले भी मना कर रहे थे। अच्छा, है ना कि इसको ना घर ही किसी तरह भेजा दो, लॉकडाउन 3 तारीख को खुल जाएगा। तो इधर कौन छोड़ कर गया आपको? ये मालक ही छोड़ मारकर छोड़ कर गया। तो बिल के में क्यों नहीं लेकर गया आपको? अब वो तो मालक ही बोलेंगे, जहाँ से लेकर आया आपको उधर क्यों नहीं लेकर गया? वो तो मालिक ही बोलेंगे जी, हम क्या। लेकिन आपका मालक इधर छोड़ के गया ना कमरे में? हाँ जी ठीक है, कोई बात नहीं। ਤੁਹਾਡੇ ਮਹੱਲੇ ਦੇ ਵਿੱਚ ਇੱਕ ਡੈਡ ਬੋਡੀ ਮਿਲੀ ਹੈਗੀ ਆ, ਅਨਨੋਨ ਬੰਦਾ ਹੈਗਾ, ਮਾਲ ਜਿਹੜਾ ਉਹਦਾ ਮਕਾਨ ਮਾਲਕ ਆ ਉੱਥੇ ਬੰਦੇ ਨੂੰ ਛੱਡ ਗਿਆ ਬਿਮਾਰ ਨੂੰ, ਅਤੇ ਪਤਾ ਹੋਣ ਲੱਗਾ ਵੀ ਬੰਦਾ ਮਰਿਆ ਹੋਇਆ। ਕੀ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ ਹੋ ਬੰਦੇ 'ਤੇ? ਮੇਰੇ ਵਾਰਡ ਦੇ ਅੰਦਰ ਵਾਰਡ ਨੰਬਰ 15 ਦੇ ਵਿੱਚ ਇੱਕ ਖੇਲਿਆਂ ਵਾਲੇ ਸੋਖੇ ਦਾ ਮਕਾਨ ਆ, ਇਹ ਜਿਹੜਾ ਪ੍ਰਵਾਸੀ ਮਜ਼ਦੂਰ ਸੀ ਉਹਦੇ ਘਰ ਕੰਮ ਕਰਦਾ ਸੀ ਖੇਲਾ ਪਿੰਡ ਦੇ ਵਿੱਚ। ਜਦੋਂ ਉਹਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਅੱਜ ਤੋਂ 5-4 ਦਿਨ ਪਹਿਲਾਂ ਇਹ ਬੰਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਲਿਆ ਕੇ ਉਸ ਪ੍ਰਵਾਸੀ ਮਜ਼ਦੂਰ ਨੂੰ ਇੱਥੇ ਪਾਤਾ ਔਰ ਅੱਜ ਉਹਦੀ ਮੌਤ ਹੋ ਗਈ, ਜਦਕਿ ਉਹਨੂੰ ਹਸਪਤਾਲ ਦਾਖਲ ਕਰਾਉਣਾ ਚਾਹੀਦਾ ਸੀਗਾ। ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਸ ਮਾਲਕ ਮਕਾਨ 'ਤੇ ਕਾਰਵਾਈ ਹੋਣੀ ਚਾਹੀਦੀ ਆ, ਅਗਰ ਜੇ ਕਰੋਨਾ ਦਾ ਬਹੁਤ ਜ਼ਿਆਦਾ ਪ੍ਰਭਾਵ ਆ, ਅਗਰ ਇਹ ਕਰੋਨਾ ਪੀੜਿਤ ਨਿਕਲਿਆ ਤਾਂ ਸਾਡਾ ਸਾਰਾ ਪਿੰਡ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਚਲੇ ਜਾਊਗਾ ਔਰ ਇਹ 'ਤੇ ਬਣਦੀ ਕਾਰਵਾਈ ਕਰੇ। ਆਸਪਰਾ ਮਹੱਲੇ 'ਚ ਇੱਕ ਬੰਦੇ ਡੈਡ ਬੋਡੀ ਮਿਲੀ ਹੈਗੀ ਆ ਗਲੀ ਵਿੱਚ, ਉਹ ਸਰ ਪਤਾ ਲੱਗਾ ਵੀ ਬੰਦਾ ਕਿੰਨੇ ਦਿਨ ਤੋਂ ਇੱਥੇ ਸੀਗਾ? ਉਹ ਪਤਾ ਲੱਗਿਆ ਇਹਦੇ 5-6 ਦਿਨ ਹੋ ਗਿਆ ਸੀ ਇੱਥੇ ਬਿਮਾਰ ਸੀਗਾ ਜੀ, ਜਿਹੜਾ ਸੋਖੇ ਦੇ ਖੂਹ ਤੇ ਕੰਮ ਕਰਦਾ ਸੀਗਾ ਜੀ, ਸੋਖਾ ਇੱਥੇ ਛੱਡ ਗਿਆ, ਉਹਨੂੰ ਬਿਮਾਰ ਸੀਗਾ, ਉਹਨੇ ਅਲਾਵ ਨੂੰ ਦਾਖਲ ਕਰਾਉਣ ਦੀ ਜਾਏ ਉਹ ਇੱਥੇ ਛੱਡ ਗਿਆ। ਤੇ ਉਸ ਜਿਹੜਾ ਮਾਲਕ ਹੈਗਾ ਕਿਰਾਏਦਾਰ ਇਥੇ ਮਕਾਨ ਮਾਲਕ, ਉਹਨੇ ਤੁਹਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਸੀ ਇੱਥੇ ਵੀ ਬੰਦਾ ਹੜਕੂਆ ਬਿਮਾਰ ਹੈਗਾ? ਨਹੀਂ ਕੋਈ ਇਨਫੋਰਮੇਸ਼ਨ ਨਹੀਂ। ਤੇ ਹੁਣ ਉਹਤੇ ਕੀ ਕਾਰਵਾਈ ਕਰੋਗੇ ਜੇ ਵਿਦਆਊਟ ਇਨਫੋਰਮੇਸ਼ਨ ਕਿਰਾਏਦਾਰ ਰੱਖਣ ਦੀ? ਕਾਰਵਾਈ ਜੋ ਹੁਣ ਬੰਦੇ ਦੀ ਡੈਥ ਹੋ ਗਈ ਆ ਇਹਦੀ, ਹੁਣ ਪੋਸਟਮਾਰਟਮ ਲਈ ਡੈਡ ਬੋਡੀ ਹਸਪਤਾਲ ਦਾਖਲ ਲੈ ਕੇ ਜਾਂਦੇ ਹਾਂ, ਜੋ ਕਾਰਵਾਈ ਅਗਲੀ ਹੋ ਗਈ ਉਹ ਦੇਖੀ ਜਾਊਗੀ। ਤੇ ਇਹਦਾ ਕੋਈ ਟੈਸਟ ਵੀ ਕਰਵਾਇਆ ਜਾਏਗਾ, ਜਿੱਦਾਂ ਅੱਜ ਕੱਲ੍ਹ ਕਰੋਨਾ ਦੀ ਜਿੱਦਾਂ ਮਾਹਵਾਰੀ ਫੈਲੀ ਹੋਈ ਆ, ਬੜਾ ਡੇਂਜਰਸ ਟਾਈਮ ਚੱਲ ਰਿਹਾ ਹੈਗਾ, ਤੇ ਇਹਦਾ ਟੈਸਟ ਹੋਏਗਾ ਉਹ? ਹਾਂਜੀ ਹਾਂਜੀ ਸਾਰੇ ਹੋਣਗੇ ਜੀ, ਡਾਕਟਰ ਦੀ ਟੀਮ ਜਲੰਧਰੋਂ ਆ ਰਹੀ ਹੈ। ਠੀਕ ਆ, ਤੇ ਉਹ ਜਿਹੜਾ ਮਕਾਨ ਮਾਲਕ ਆ ਉਹ 'ਤੇ ਕੀ ਕਾਰਵਾਈ ਹੋਊਗੀ? ਉਹ 'ਤੇ ਜੋ ਬਣਦੀ ਕਾਰਵਾਈ ਆ ਉਹ ਅੱਗੇ ਤੋਂ ਕੀਤੀ ਜਾਊਗੀ। ਓਕੇ। ਆਪ ਵੀ ਲੈ ਆਉਂਦੇ ਐਂਡਰ ਤੋਂ ਦੇ ਲਓ।
ਨਹੀਂ ਤੁਸੀਂ ਮਹੱਲਾ ਬਣਾਉਣਾ ਨਾਲੇ ਤਲਖੀ ਜੀ ਗੱਲ ਕਰਦੇ ਆ ਤੁਸੀਂ गुरबाणी खानबाणी वास्ते फ्लोर तो अमरजीत सिंह मोनू दी रिपोर्ट। वाहेगुरु जी का खालसा, वाहेगुरु जी की फतेह। सिख धर्म की हर गतिविधि अते गुरबाणी वास्ते हुने सब्सक्राइब करो गुरबाणी अखंड बाणी, अते नोटिफिकेशन वास्ते बैल नूं रिंग करो।